हेलो। हाँ जाके पुछ के बाद दा दूंगा तेन हमने मैं। हाँ ला दूंगा अद्धी घंटी। हाँ। वो तो यार पता नहीं गा यार पता की गल आ मैं तेन दसदा। हाँ। ਉਹ ਮੈਂ ਤੈਨੂੰ ਨੰਬਰ ਕੱਢ ਕੇ ਦਿੰਦਾ ਖੜਜਾ ਦਿੰਦਾ ਤੈਨੂੰ ਮੈਂ। ਹਾਂ। ਆਂਟੀ ਉਹ ਨਹੀਂ ਹੈਗਾ ਲਾਲ ਨਹੀਂ ਹੈਗੀਆਂ ਲਾਲ ਇੱਕ ਲਾਲ ਨਹੀਂ ਨਹੀਂ ਐਲਪੈਕਸ ਨਹੀਂ ਹੁੰਦੀਆਂ ਇੱਕ ਹੋਰ ਦੇ ਦਿਓ। ਠੀਕ ਮੈਂ ਤੈਨੂੰ ਐਂ ਕਹਿੰਦਾ ਇੱਕ ਦਿਨ ਪਹਿਲਾਂ ਇਹ ਮੁੰਡਾ ਆਇਆ ਕਹਿੰਦਾ ਮੇਰੀ ਮੰਮੀ ਦਾ ਐਕਸੀਡੈਂਟ ਹੋਇਆ ਅਤੇ ਮੀਨਾ ਦੀਦੀ ਐਡੀ ਛੇਤੀ ਠੀਕ ਹੋ ਗਈ ਅਤੇ ਹੋਣ ਵਾਲੀ ਹਾਲਾਤ ਨਹੀਂ ਸੀ ਹੈਗੇ ਇਹਦੇ ਠੀਕ ਅਤੇ ਮੈਂ ਉਹਨੂੰ ਚੱਕ ਕੇ ਪਰਚੀ ਜੀ ਦਿਖਾਤੀ ਪਹਿਲਾਂ ਮੈਂ ਉਹਨੂੰ ਪਰਚੀ ਦੇਣ ਲੱਗੀ ਫਿਰ ਮੈਂ ਕਿਹਾ ਵੀਰੇ ਤੂੰ ਗੋਲੀਆਂ ਹੀ ਲੈ ਜਾ ਚਾਰ ਅਤੇ ਤੂੰ ਇਹ ਗੋਲੀਆਂ ਖਵਾ ਕੇ ਵੇਖ ਲਾ ਆਪਦੀ ਮੰਮੀ ਨੂੰ ਇੱਕ ਰੋਜ਼ ਦੀ ਦੇਈ ਜਾਈ ਅਤੇ ਉਸ ਤੋਂ ਬਾਅਦ ਤੂੰ ਹੋਸਪਿਟਲ ਚਲਾ ਜਾਈ ਸੁਖਵਿੰਦਰ ਦੇ ਸੁਖਵਿੰਦਰ ਕੋਲੋਂ ਤੂੰ ਲੈ ਆਈ ਬਸ ਇੰਨੀ ਕੁ ਗੱਲ ਆ ਜੀ ਹੋਰ ਕੋਈ ਗੱਲ ਨਹੀਂ ਹੈਗੀ ਅਤੇ ਉਵੇਂ ਮੈਂ ਕੱਢ ਕੇ ਨਾ ਇੱਥੇ ਮੈਂ ਪਰਸ ਵਿੱਚ ਰੱਖਦੀ ਹਾਂ ਦਵਾਈ ਮੀਨਾ ਦੀ ਅਤੇ ਮੈਂ ਪਰਸ ਵਿੱਚੋਂ ਐਵੇਂ ਹੀ ਕੱਢ ਕੇ ਦੇਈ ਜਾਂਦੀ ਹਾਂ ਜੀ ਕੁਰਸੀ 'ਤੇ ਰੱਖਤੀਆਂ ਉਹਨੇ ਚੱਕ ਲੀਆਂ ਉਹ ਮੈਨੂੰ ਕਹਿੰਦਾ ਆਂਟੀ ਜਿਹੜੀਆਂ ਲਾਲ ਜੀਆਂ ਨੀਂਦ ਦੀਆਂ ਹੁੰਦੀਆਂ ਉਹ ਨਹੀਂ ਹੈਗੀਆਂ ਮੈਂ ਕਿਹਾ ਨਹੀਂ ਵੀਰੇ ਉਹ ਨਹੀਂ ਹੈਗੀਆਂ ਸਾਡੇ ਕੋਲ ਆਹ ਗੱਲ ਹੋਈ ਆ ਜੀ ਇਹ ਜੀ ਇਹਨਾਂ ਦੀ ਪਲੈਨ ਹੈਗਾ 3 ਦਿਨ ਪਹਿਲਾਂ ਨਸੀਬ ਸਾਡੇ ਕੋਲ ਆਇਆ ਕਹਿੰਦਾ ਤੁਸੀਂ ਰਾਜ਼ੀਨਾਮਾ ਕਰ ਲਓ ਨਹੀਂ ਤਾਂ ਤੁਹਾਨੂੰ ਅਸੀਂ ਜੀਣ ਨਹੀਂ ਦੇਣਾ ਗਾ ਤੁਹਾਡਾ ਜੀਣਾ ਆਰਾਮ ਕਰ ਦਾਂਗੇ ਨਸੀਬ ਨੇ ਖੁਦ ਸਾਨੂੰ ਧਮਕੀ ਦੇ ਕੇ ਗਿਆ ਘਰ ਆ ਕੇ 3 ਦਿਨ ਪਹਿਲਾਂ ਨਸੀਬ ਕਹਿੰਦਾ ਤੁਸੀਂ ਰਾਜ਼ੀਨਾਮਾ ਕਰ ਲਓ ਤੁਹਾਨੂੰ 50 ਲੱਖ ਰੁਪਇਆ ਦਵਾ ਦਿੰਦਾ ਅਤੇ ਅਸੀਂ ਆਖਿਆ ਨਹੀਂ ਜੀ ਅਸੀਂ 50 ਲੱਖ ਨਹੀਂ ਲੈਣਾ ਅਸੀਂ ਭੀਖ ਮੰਗ ਲਾਂਗੇ ਦਰ ਦਰ ਮੰਗ ਲਾਂਗੇ ਕੁਛ ਨਹੀਂ ਹੁੰਦਾ ਜੇ ਨਹੀਂ ਭੀਖ ਵੀ ਮੰਗੇ ਦਿਓ ਸਾਨੂੰ ਕੋਈ ਦਊਗਾ ਅਤੇ ਅਸੀਂ ਪੋਚੇ ਲਾ ਲਾਂਗੇ ਗੁਰਦੁਆਰੇ 'ਚ ਪੋਚੇ ਲਾ ਕੇ ਅਸੀਂ ਰੋਟੀ ਸਾਨੂੰ ਮਿਲੀ ਜਾਵੇ ਉਹੀ ਵਾਧੂ ਅਸੀਂ ਕੁਛ ਨਹੀਂ ਚਾਹੁੰਦੇ ਗੇ ਇਹ ਸਿਰਫ ਇਹਨਾਂ ਦੀ ਸ਼ਿਆਸ਼ਤ ਆ ਵੀਰ ਜੀ ਇਹ ਸਾਨੂੰ ਬਦਨਾਮ ਕਰਨਾ ਚਾਹੁੰਦੇ ਆ ਹੋਰ ਕੁਛ ਨਹੀਂ ਉਹ ਜੀ ਮੀਨਾ ਦੀ ਦਵਾਈ ਆ ਸੁਖਵਿੰਦਰ ਦੇ ਹਸਪਤਾਲ 'ਚੋਂ ਲਿਆਂਦੀ ਅਸੀਂ ਮੀਨਾ ਮੇਰੀ ਬੇਟੀ ਆ ਜੀ ਜਿਹਦੇ ਸੱਟਾਂ ਵੱਜੀਆਂ ਸੀ ਜੀ ਪਹਿਲਾਂ ਉਹ ਸਰਕਾਰੀ ਹਸਪਤਾਲ 'ਚ ਸੀ ਫਿਰ ਅਸੀਂ ਆਖਿਆ ਵੀ ਕੋਈ ਇਹਦੇ ਨੁਕਸ ਨਾ ਬਣ ਜਾਵੇ ਅੰਦਰ ਆਪਾਂ ਸੁਖਵਿੰਦਰ ਕੋਲ ਦਿਖਾ ਲਈਏ ਆਹ ਉਵੇਂ ਪਰਚੀ ਆ ਜੀ ਆਹ ਦਵਾਈਆਂ ਪਈਆਂ ਹੋਈਆਂ ਤੁਸੀਂ ਦੇਖ ਸਕਦੇ ਆ ਇਹਦੇ 'ਚੋਂ ਹੀ ਮੈਂ ਕੱਟ ਕੇ 4 ਗੋਲੀਆਂ ਮੁੰਡੇ ਨੂੰ ਦਿੱਤੀਆਂ ਮੈਂ ਕੱਢ ਕੇ ਵੀ ਆਪਦੇ ਇੱਥੋਂ ਪਰਸ 'ਚੋਂ ਦਿੱਤੀਆਂ ਮੇਰੇ ਕੋਲ ਹੈਗਾ ਸੀ ਪੱਤਾ ਮੈਂ ਮੀਨਾ ਤੋਂ ਮੰਗ ਲਿਆ ਮੈਂ ਮਿਲਦੇ ਦੇ 3 ਪੱਤੇ ਸੀ ਜੀ 2 ਤਾਂ ਮੀਨਾ ਨੇ ਖਾ ਲਏ ਅਤੇ 1 ਪੱਤਾ ਮੈਂ ਲੈ ਲਿਆ ਬਸ ਆਹ ਗੱਲ ਆ ਜੀ ਆਹ ਬਾਤ ਆ ਹੋਰ ਕੋਈ ਗੱਲ ਨਹੀਂ ਹੈਗੀ ਉਹ ਸਰ ਕੋਈ ਨਸ਼ੀਲੀਆਂ ਗੋਲੀਆਂ ਨਹੀਂ ਹੈਗੀਆਂ ਜੀ ਉਹ ਮੇਰੀ ਭੈਣ ਦੀ ਦਵਾਈ ਆ ਜਿਹੜੀ ਕਿ ਅਸੀਂ ਡਾਕਟਰ ਸੁਖਵਿੰਦਰ ਤੋਂ ਚੱਲਦੀ ਪਈ ਆ ਮੇਰੀ ਭੈਣ ਦੀ ਜੀ ਉਹਦਾ ਗਲਤ ਫੋਟੋ ਖਿੱਚ ਕੇ ਗਲਤ ਤਰ੍ਹਾਂ ਨਾਲ ਸਾਨੂੰ ਇਸਤੇਮਾਲ ਕਰਦੇ ਪਏ ਆ ਇਹ ਕੁਛ ਦਿਨ ਪਹਿਲਾਂ ਸਾਡੇ ਕੋਲ ਆਏ ਸੀ ਕਹਿੰਦੇ 50 ਲੱਖ ਰੁਪਇਆ ਲੈ ਲਓ ਰਾਜ਼ੀਨਾਮਾ ਕਰ ਲਓ ਜੀ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਰਾਜ਼ੀਨਾਮਾ ਕਰਨ ਨੂੰ ਕਹਿੰਦੇ ਇਹ ਸਾਡੇ ਕੋਲ ਜੀ ਨਸੀਬ ਕਿਸ਼ਨ ਜਲਾਲਾਬਾਦ ਤੋਂ ਹੋਰ ਸਨੀ ਦਾ ਸਾਡੂ ਆਇਆ ਸੀ ਜੀ ਇਹ ਸਾਨੂੰ ਇਹ ਗੱਲ ਕਹਿੰਦੇ ਆ ਵੀ ਤੁਸੀਂ ਰਾਜ਼ੀਨਾਮਾ ਕਰ ਲਓ ਸ਼ਨੀ ਉਹਨਾਂ ਨਾਲ ਇੰਨੀ ਸਜ਼ਾ ਇਹਨਾਂ ਨੂੰ ਬਹੁਤ ਹੋ ਗਈ ਐਂ ਹੋ ਗਿਆ ਉਹ ਹੋ ਗਿਆ ਨਹੀਂ ਤਾਂ ਬਾਹਰ ਆ ਕੇ ਤੁਹਾਨੂੰ ਛੱਡਣ ਨਹੀਂ ਲੱਗੇਗੇ ਜਦੋਂ ਅਸੀਂ ਨਹੀਂ ਨਹੀਂ ਮੰਨੇ ਉਸ ਤੋਂ ਬਾਅਦ ਹੀ ਸਾਡੀ ਐਵੇਂ ਦੀਆਂ ਵੀਡੀਓ ਪਾ ਰਿਹਾ ਵੀਡੀਓ ਬਿਲਕੁਲ ਗਲਤ ਹੈਗੀਆਂ ਇਹਨਾਂ ਦੀ ਵੈਸੇ ਜਾਣਕਾਰੀ ਕੀਤੀ ਜਾਵੇ ਵੇਖ ਵੀ ਲਿਆ ਜੀ ਤੁਸੀਂ ਆਹ ਦਵਾਈਆਂ ਸਾਡੇ ਕੋਲ ਇਹ ਬਿਲਕੁਲ ਸਾਡੇ 'ਤੇ ਹੀ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜਨਤਾ ਨੂੰ ਪਿੱਛੇ ਢਾਉਣ ਦੀ ਕੋਸ਼ਿਸ਼ ਕਰਦੇ ਪਏ ਆ ਵੀ ਇਹਨਾਂ 'ਤੇ ਦਬਾਅ ਪੈ ਜੂਗਾ ਇਹ ਮੰਨ ਜਾਣਗੇ ਰਾਜ਼ੀਨਾਮੇ ਨੂੰ ਸਾਡੀ ਇਹੀ ਬੇਨਤੀ ਹੈ ਜੀ ਬਸ ਚੰਗੀ ਤਰ੍ਹਾਂ ਇਹ ਦੇਖ ਲਓ ਜੀ ਅਤੇ ਸਾਡਾ ਸਾਡੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਜਿੰਨੀ ਵੀ ਹੋ ਸਕਦੀ ਹੈ ਇਹ ਬੰਦਿਆਂ ਦੇ ਮਗਰ ਨਾ ਲੱਗੋ ਜੀ ਇੱਥੋਂ ਤੀਕਰ ਤੋਂ ਹੀ ਸਾਨੂੰ ਪਹੁੰਚਾ ਕੇ ਹੁਣ ਪਿੱਛੇ ਪੈਰਾਂ ਢਾਣਗੇ ਤਾਂ ਸਾਡਾ ਹੀ ਕੋਈ ਵਿਸ਼ਵਾਸ ਨਹੀਂ ਕਰਨ ਲੱਗਿਆ ਜੀ ਜਨਤਾ 'ਤੇ
ਬਸ ਸਾਨੂੰ ਇਹੀ ਜਨਤਾ ਤੀਕਰ ਉਮੀਦ ਆ ਜੀ। ਇਹ ਰਕੇਸ਼ ਚੌਧਰੀ ਦੇ ਬੰਦੇ ਆ ਜੀ, ਇਹਨਾਂ ਦੇ ਇਹਨਾਂ ਦਾ ਵੀ ਇਹੀ ਕੰਮ ਹੀ ਆ ਜੀ, ਮਾਸੀ ਦੇ ਪੁੱਤ ਆ ਜੀ, 2 ਨੰਬਰ ਦੇ ਕੰਮ ਆ ਇਹਨਾਂ ਦੇ। ਪੁਲਿਸ ਨੂੰ ਵੀ ਸਾਰਾ ਕੁਛ ਪਤਾ ਜੀ, ਅਤੇ ਬਾਕੀ ਇੱਧਰਲੀ ਬਸਤੀ ਵਾਲਿਆਂ ਨੂੰ ਵੀ ਸਾਰਾ ਕੁਛ ਪਤਾ ਜੀ, ਇਹ ਸਾਨੂੰ ਤੰਗ ਕਰਦੇ ਪਏ ਆ ਜੀ।